ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੁਰਪ੍ਰੀਤ ਕੌਰ ਹੈ। ਕਿਉਂਕਿ ਅਸੀਂ ਆਪਣਾ ਜਿਹੜਾ ਪ੍ਰਧਾਨ ਮੰਤਰੀ ਆ ਆਪਣੇ ਦੇਸ਼ ਦੀ ਸੁਰੱਖਿਆ ਲਈ ਉਹ ਚੁਣ ਸਕਦੇ ਹਾਂ ਕਿ ਕਿਹੜਾ ਸਭ ਦੀ ਸਾਡੀ ਹੈਲਪ ਕਰ ਸਕਦਾ, ਸਭ ਤੋਂ ਬੈਸਟ ਕਿਹੜਾ ਆਪਣਾ ਪ੍ਰਧਾਨ ਮੰਤਰੀ ਆ, ਉਹਦੇ ਲਈ ਅਸੀਂ ਵੋਟ ਪਾ ਸਕਦੇ ਹਾਂ। ਦੇਖੋ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਭ ਤੋਂ ਮੇਨ ਹੈ ਕਿ ਆਪਾਂ ਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ, ਕਿਉਂਕਿ ਨਾ ਇਹ ਵੋਟ ਹੈ ਨਾ ਜਿਹੜੀ ਆਪਣਾ ਅਧਿਕਾਰ ਹੈ। ਆਪਾਂ ਨੂੰ ਇਹ ਸਭ ਤੋਂ ਜ਼ਿਆਦਾ ਮੇਨ ਇਹ ਹੈ ਕਿ ਆਪਾਂ ਆਪਣੇ ਅਧਿਕਾਰ ਥਰੂ ਆਪਾਂ ਆਪਣਾ ਪ੍ਰਧਾਨ ਮੰਤਰੀ ਜੇ CM ਹੁੰਦੇ ਉਹ ਆਪਾਂ ਚੁਣ ਸਕਦੇ ਹਾਂ। ਆਪਣੇ ਥਰੂ ਹੈ ਜਿਹੜਾ ਉਹਦੇ ਥਰੂ ਆਪਣੀ ਗੌਰਮੈਂਟ ਬਣਦੀ ਹੈ, ਉਹ ਤਾਂ ਹੀ ਆਪਣੀ ਫੈਸਿਲਿਟੀ ਆਪਣਾ ਦੇਖ ਕੇ ਆਪਣੀ ਦੇਖਭਾਲ ਕਰਦੀ ਹੈ। ਗੌਰਮੈਂਟ ਹੈ ਨਾ, ਗੌਰਮੈਂਟ ਅੱਜ ਕੱਲ੍ਹ ਦੇਖਦੀ ਨਹੀਂ ਹੈ। ਮੇਨਲੀ ਪੁਆਇੰਟ ਮੇਰਾ ਤਾਂ ਇਹ ਹੈ ਕਿ ਗੌਰਮੈਂਟ ਜ਼ਿਆਦਾਤਰ ਲਈ ਕਿਸੇ ਵੀ ਅਧਿਕਾਰ, ਮਤਲਬ ਆਪਾਂ ਹੈਗੇ ਹਾਂ ਮੈਂਬਰ ਪੰਜਾਬ ਦੇ ਹਾਂ ਭਾਵੇਂ ਹੋਰ ਕੰਟਰੀਜ਼ ਹੁੰਦੀਆਂ ਹੈ, ਉਹਨਾਂ ਨੂੰ ਦੇਖਦੀ ਨਹੀਂ ਹੈਗੀ ਜ਼ਿਆਦਾਤਰ ਲਈ। ਜੇ ਆਪਾਂ ਦੇਖੂਗੇ ਮਤਲਬ ਕਿ ਆਪਾਂ ਕਹਿ ਦਿੰਦੇ ਹਾਂ ਕਿ ਗੌਰਮੈਂਟ ਨੇ ਕੀ ਕੀਤਾ। ਮੇਨਲੀ ਹੁਣ ਮੇਰਾ ਪੁਆਇੰਟ ਤਾਂ ਇਹ ਹੈ ਨਹੀਂ ਕਿ ਮੈਂ ਕਹਿਣਾ ਚਾਹੁੰਦੀ ਹਾਂ, ਬਟ ਮੈਂ ਕਹਿ ਸਕ ਮੇਰਾ ਮੂਡ ਹੈ ਕਿ ਮੈਂ ਕਹਾਂ ਮੋਦੀ ਸਰਕਾਰ ਨੇ ਕੁਛ ਕਰਿਆ ਨਹੀਂ ਫਿਲਹਾਲ। ਜ਼ਿਆਦਾਤਰ ਲਈ ਮੋਦੀ ਸਰਕਾਰ ਨੇ ਕਰਕੇ ਦੁਨੀਆ ਨਾ ਅੱਧ ਤੋਂ ਵੱਧ ਪਾ ਨਹੀਂ ਰਹੀ ਵੋਟ। ਸਰ ਮੇਰੀ ਪਹਿਲੀ ਵੋਟ ਹੈ, ਮਤਲਬ ਮੇਰਾ ਤਾਂ ਡ੍ਰੀਮ ਇਹ ਹੈ ਕਿ ਮਤਲਬ ਵੋਟ ਤਾਂ ਹਰ ਇੱਕ ਨੂੰ ਬਣਾਉਣੀ ਵੀ ਚਾਹੀਦਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਵੋਟ ਹੈ ਨਾ ਜਿਹੜੀ ਉਹ ਸਭ ਤੋਂ ਇੰਪੋਰਟੈਂਟ ਹੈ ਆਪਣੇ ਲਈ, ਕਿਉਂਕਿ ਨਾ ਕਿਉਂਕਿ ਇਹਦੇ ਥਰੂ ਹੀ ਆਪਣੀ ਪਹਿਚਾਣ ਹੁੰਦੀ ਹੈ ਕਿ ਆਪਣਾ ਦੇਸ਼ ਦੇ ਵਿੱਚ ਆਪਾਂ ਇੱਕ ਮੈਂਬਰ ਹੈ, ਆਪਾਂ ਨੂੰ ਵੋਟ ਪਾਉਣੀ ਜ਼ਰੂਰੀ ਹੈ। ਤਾਂ ਹੀ ਮੇਰੀ ਪਹਿਲੀ ਵੋਟ ਹੈ, ਮੇਰਾ ਤਾਂ ਡ੍ਰੀਮ ਸੀਗਾ ਕਿ ਮੈਂ ਵੋਟ ਬਣਾਵਾਂ, ਕਿਉਂਕਿ ਮੈਂ ਕਿਉਂ ਚਾਹੁੰਦੀ ਹਾਂ, ਕਿਉਂਕਿ ਮੈਂ ਨਾ ਇਹ ਇਲੈਕਸ਼ਨ 'ਚ ਚਾਹੁੰਦੀ ਹਾਂ ਕਿ ਮੈਂ ਖੜੀ ਹੋਵਾਂ ਤਾਂ ਕਿ ਮੈਂ ਅੱਗੇ ਅੱਗੇ ਜਾ ਕੇ ਆਪਣੇ ਥਰੂ ਆਪਣੇ ਦੇਸ਼ ਦੀ ਸੁਰੱਖਿਆ ਕਰ ਸਕਾਂ। ਕਿਉਂਕਿ ਬਿਕੋਜ਼ ਅੱਜ ਕੱਲ੍ਹ ਤਾਂ ਦੁਨੀਆ ਗੌਰਮੈਂਟ ਆ ਜਿਹੜੀ ਪੁਰਾਣੀ ਗੌਰਮੈਂਟ ਆ ਉਹ ਦੇਖਦੀ ਨਹੀਂ ਹੈਗੀ ਕਿਸੇ ਨੂੰ ਵੀ। ਅੱਜ ਕੱਲ੍ਹ ਨੌਜਵਾਨ ਅਤੇ ਪੜ੍ਹੀ ਲਿਖੀ ਜਿਹੜੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਵੋਟ ਬਣਾਉਣੀ ਮਤਲਬ ਚਾਹੀਦੀ ਹੈ ਅਤੇ ਉਹ ਅੱਗੇ ਅੱਗੇ ਨਾ ਵਧੇ ਤਾਂ ਕਿ ਉਹ ਵੋਟ ਪਾ ਸਕਦੀਆਂ, ਕਿਉਂਕਿ ਫਿਰ ਜੇ ਉਹ ਅੱਗੇ ਇਲੈਕਸ਼ਨ 'ਚ ਖੜ੍ਹੇ ਹੋਣਗੇ, ਇਲੈਕਸ਼ਨ 'ਚੋਂ ਅੱਗੇ ਆਪਣੇ PM CM 'ਚ ਖੜ੍ਹੇ ਹੋਣਗੇ ਤਾਂ ਹੀ ਉਹ ਨਾ ਅੱਗੇ ਆ ਸਕਦੇ ਹਾਂ। ਜਿਹੜੀ ਨਾ ਆਪਣੀ ਜਨਰੇਸ਼ਨਸ ਹੈ ਜਿਵੇਂ ਕਿ ਅੱਜ ਕੱਲ੍ਹ ਦੀ, ਉਹ ਸੋਚਦੀ ਨਹੀਂ ਹੈਗੀ, ਜ਼ਿਆਦਾਤਰ ਲਈ ਨਸ਼ਿਆਂ 'ਚ ਪਈ ਵੀ ਹੈ। ਬਟ ਨਹੀਂ, ਜਿਹੜੇ ਪੜ੍ਹੇ ਲਿਖੇ ਹਨ ਜੇ ਉਹਨਾਂ ਨੂੰ ਕੁਛ ਮਿਲਦਾ ਨਹੀਂ ਹੈਗਾ, ਉਹ ਨਸ਼ਿਆਂ 'ਚ ਪੈ ਗਈ ਹੈ, ਬਾਕੀ ਅੱਧੀ ਦੁਨੀਆ ਨੂੰ ਕੁਛ ਮਿਲਦਾ ਨਹੀਂ, ਉਹ ਆਪਣੇ ਘਰਾਂ ਬੈਠੇ ਹੈ। ਬਟ ਨਹੀਂ, ਅੱਜ ਕੱਲ੍ਹ ਸੋਚਦੀ ਹੈ ਨਾ ਜਿਹੜੀ ਆਪਣੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਕਿ ਚਲੋ ਕੋਈ ਨਾ ਫੋਨ ਦੇ ਥਰੂ ਤਾਂ ਕੁਛ ਵੀ ਦੇਖਦੇ ਹਾਂ। ਮਤਲਬ ਮੇਰੀ ਥਿੰਕਿੰਗ ਇਹ ਹੈ ਕਿ ਨਾ ਆਪਾਂ ਦੀ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਇਹਨਾਂ ਨੂੰ ਅੱਗੇ ਵਧਣਾ ਚਾਹੀਦਾ, ਇਹਨਾਂ ਦੇ ਥਰੂ ਨਾ ਆਪਾਂ ਨੂੰ ਜੇ ਆਪਾਂ ਅੱਗੇ ਵਧੂਗੇ ਤਾਂ ਹੀ ਆਪਣਾ ਕੁਛ ਫਾਇਦਾ ਹੋਊਗਾ, ਕਿਉਂਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਬਹੁਤ ਜ਼ਿਆਦਾ ਨੌਲੇਜ ਹੈ। ਇਹ ਜੇ ਜਨਰੇਸ਼ਨ ਅੱਗੇ ਵੋਟਿੰਗ ਦੇ ਵਿੱਚ ਖੜੂਗੀ ਨਾ, ਇਹ ਅੱਗੇ ਨਾ ਜਿਹੜੇ ਆਪਣੇ ਪੰਜਾਬ ਦਾ ਸੁਧਾਰ ਕਰ ਸਕਦੀ ਹੈ। ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਂ ਨਸ਼ਾ ਹੈ, ਜੋ ਕਿ ਸਰਕਾਰਾਂ ਕਹਿ ਦਿੰਦੀਆਂ ਕਿ ਅਸੀਂ ਘਟਾਉਂਗੀਆਂ, ਬਟ ਨਹੀਂ, ਸਭ ਤੋਂ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਨਸ਼ਾ ਵੱਧਦਾ ਹੈ, ਘੱਟਦਾ ਬਿਲਕੁਲ ਵੀ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਆਪਣੇ ਪੰਜਾਬ ਦੇ ਵਿੱਚ ਨਸ਼ਾ ਘਟੇ ਅਤੇ ਜਿਹੜੀ ਪੜ੍ਹੀ ਲਿਖੀ ਨੌਜਵਾਨਾਂ ਦੀ ਜਨਰੇਸ਼ਨ ਹੈ ਨਾ, ਉਹਨੂੰ ਅੱਗੇ ਵਧਣਾ ਚਾਹੀਦਾ ਹੈ। ਪੁਆਇੰਟ ਮੇਰਾ ਇਹ ਹੈ ਕਿ ਅੱਜ ਕੱਲ੍ਹ ਇਲੈਕਸ਼ਨ ਦੇ ਵਿੱਚ ਜਿਵੇਂ ਕਿ ਪੜ੍ਹੇ ਲਿਖੇ ਨੌਜਵਾਨ ਹੈ ਉਹ ਅੱਗੇ ਨਹੀਂ ਵੱਧਦੇ ਹੈਗੇ, ਮਤਲਬ ਰੀਲਾਂ ਵਗੈਰਾ ਪਾਉਂਦੇ ਆ ਜਿਵੇਂ ਉਹਨਾਂ ਦਾ ਨਾ ਆਪਣਾ ਸੋਸ਼ਲ ਮੀਡੀਆ 'ਤੇ ਪਾਈ ਜਾਂਦੇ ਆ, ਉਹ ਨਾ ਸੋਸ਼ਲ ਮੀਡੀਆ 'ਤੇ ਨਹੀਂ ਬਟ ਕਿ ਨਾ ਇੱਦਾਂ ਦੇ ਉਹ ਆਈਡੀਆਜ਼ ਦੇਵੇ ਨੋ ਮਤਲਬ ਕਿ ਲੋਕਾਂ ਨੂੰ ਕਿ ਨਾ ਮਤਲਬ ਕਿ ਅੱਗੇ ਅੱਗੇ ਵਧੇ। ਅਤੇ ਜਿਵੇਂ ਮੇਰੇ ਕਹਿਣ ਦਾ ਮਤਲਬ ਤਾਂ ਮਤਲਬ ਇਹ ਹੈ ਮੇਨ ਪੁਆਇੰਟ ਕਿ ਲੋਕ ਜੇ ਵੋਟਿੰਗ ਦੇ ਵਿੱਚ ਆਉਂਗੇ ਤਾਂ ਅੱਗੇ ਆਪਣੇ ਪੰਜਾਬ ਦਾ ਸਰਕਾਰ ਦਾ ਸੁਧਾਰ ਹੋ ਸਕਦਾ ਹੈ, ਕਿਉਂਕਿ ਨਾ ਜਿਹੜੇ ਨੌਜਵਾਨ ਆ ਉਹ ਆਪਣੀ ਪੀੜ੍ਹੀ ਨੂੰ ਸਮਝ ਸਕਦੇ ਆ ਕਿ ਆਪਣੇ ਪੰਜਾਬ ਦੇ ਵਿੱਚ ਕਿਹੋ ਜਿਹਾ ਵਰਤਾਵਾ ਚੱਲ ਰਿਹਾ ਅਤੇ ਕਿਵੇਂ ਦਾ ਵਰਤਾਵਾ ਅਤੇ ਸੁਧਾਰ ਹੋ ਸਕਦਾ ਹੈ।